ਪਰਮ ਸਤਕਾਰਯੋਗ ਸਾਧ ਸੰਗਤ ਜੀ ਜਿਸ ਤਰ੍ਹਾਂ ਤੁਸੀਂ ਬੇਸ਼ੱਕ ਖਲੋਤੇ ਖਲੋਤੇ ਅਰਜ਼ ਸੁਣ ਲਓ ਜਿਸ ਤਰ੍ਹਾਂ ਤੁਸੀਂ ਹੁਣੇ ਹੀ ਸੂਬਾ ਜੀ ਤੋਂ ਸੁਣਿਆ ਕਿ ਅੱਜ ਅਸੀਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੀ ਯਾਦ ਵਿੱਚ 11ਵਾਂ ਸੰਗੀਤ ਸਮਾਗਮ ਚੱਲ ਰਿਹਾ ਉਹਦੇ ਵਿੱਚ ਸਾਡੇ ਕੋਲ ਦੋ ਕਲਾਕਾਰ ਖਾਸ ਕਰਕੇ ਇੱਕ ਤਾਂ ਇੰਗਲੈਂਡ ਤੋਂ ਆਏ ਨੇ ਪੰਡਿਤ ਸੰਜੂ ਸਹਾਏ ਜੀ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਸਿਰਫ ਇੱਥੇ ਹਾਜ਼ਰੀ ਲਵਾਉਣ ਵਾਸਤੇ ਇੰਗਲੈਂਡ ਤੋਂ ਆਏ ਨੇ ਦੂਸਰੇ ਕਲਾਕਾਰ ਜਿਵੇਂ ਕਹਿ ਲਵਾਂ ਕਿ ਜਦੋਂ ਸੰਗੀਤ ਦੀ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਨੇ ਬਾਹਰੋਂ ਕਲਾਕਾਰ ਲਿਆਉਣ ਦਾ ਸ਼ੁਰੂ ਕੀਤਾ ਸਭ ਤੋਂ ਪਹਿਲੇ ਕਲਾਕਾਰ 우ਸਤਾਦ ਅਮਜਦ ਅਲੀ ਖਾਨ ਸਾਹਿਬ ਸਨ ਜਿਨ੍ਹਾਂ ਕੋਲੋਂ ਸਰਦਾਰ ਗੁਰਦੇਵ ਸਿੰਘ ਜੀ ਨੇ ਵੀ ਸਿੱਖਿਆ 우ਸਤਾਦ ਹਰਭਜਨ ਸਿੰਘ ਜੀ ਨੇ ਵੀ ਸਿੱਖਿਆ ਔਰ ਬੜਾ ਲੰਬਾ ਰਿਸ਼ਤਾ ਉਹਨਾਂ ਦੇ ਨਾਲ ਰਿਹਾ ਹੈ ਜਿੰਨੇ ਵੀ ਸੰਗੀਤ ਦੇ ਪ੍ਰੋਗਰਾਮ ਹੁੰਦੇ ਰਹੇ ਨੇ ਉਹ ਸਾਰੇ ਪ੍ਰੋਗਰਾਮ ਕਰਵਾਉਣ ਵਿੱਚ ਮਦਦ ਉਸਤਾਦ ਜੀ ਕਰਦੇ ਰਹੇ ਨੇ ਅੱਜ ਜੋ ਸਾਡੇ ਕੋਲ ਬਹੁਤ ਲੰਬੇ ਸਮੇਂ ਤੋਂ ਬਾਅਦ ਅੱਜੋ ਇੱਥੇ ਆ ਰਹੇ ਨੇ ਸੋ ਇਹ ਸਾਰੀ ਸਾਜ ਸੰਗਤ ਕੋਲ ਅਰਜ਼ ਬੇਨਤੀ ਹੈ ਕਿ ਵਜ ਤੋਂ ਵੱਧ ਦਰਸ਼ਨ ਦਿਓ ਕੋਈ ਵੀ ਲੇਟ ਨਾ ਹੋਵੇ ਟਾਈਮ ਨਾਲ ਪਹੁੰਚੋ ਇੱਕ ਬੀਬੀਆਂ ਕੋਲ ਫਿਰ ਅਰਜ਼ੇ ਕਿ ਛੋਟੇ ਬੱਚੇ ਰੌਲਾ ਨਾ ਪਾਉਣ ਛੋਟੇ ਬੱਚਿਆਂ ਵਾਲੇ ਬੀਬੀਆਂ ਜਿਹੜੀਆਂ ਨੇ ਬੇਸ਼ੱਕ ਨਾ ਆਉਣ ਜਾਂ ਬਾਹਰ ਬੈਠ ਕੇ ਸੁਣ ਲੈਣ ਅੱਜ ਸਾਰਿਆਂ ਨੂੰ ਪਤਾ ਹੈ ਕਿ ক্রিকেট ਦਾ ਮੈਚ ਕਰਕੇ ਬਹੁਤੇ ਹਾਂ ਨੇ ਸਾਨੂੰ ਇਹ ਡਰ ਵੀ ਲੱਗਦਾ ਸੀ ਕਿ ਅਸੀਂ ਪ੍ਰੋਗਰਾਮ ਰੱਖ ਲਿਆ ਕਿ ক্রিকেট ਦਾ ਮੈਚ ਕਰਕੇ ਸ਼ਾਇਦ ਨਾ ਆਉਣ ਕਰਨਪਾਲ ਜੀ ਨੇ ਪ੍ਰਬੰਧ ਕੀਤਾ ਤੁਹਾਨੂੰ ਸਕੋਰ ਉੱਥੇ ਦੱਸੀ ਜਾਣਗੇ ਤੇ ਤੁਸੀਂ ਉੱਥੇ ਬੈਠ ਕੇ ਹੀ ਇੰਡੀਆ ਨੂੰ ਜਿਤਾਉਣ ਲਈ ਅਰਦਾਸਾਂ ਕਰ ਲਿਓ ਪਰ ਪ੍ਰੋਗਰਾਮ ਸੁਣਨ ਵਾਸਤੇ ਸਾਰੀ ਸਾਧ ਸੰਗਤ ਜਰੂਰ ਆਵੇ ਇਹ ਖਾਸ ਕਰਕੇ ਅਰਜ ਬੇਨਤੀ ਹੈ ਸਾਰਿਆਂ ਨੂੰ ਇੱਕ ਅਨਾਉਂਸਮੈਂਟ ਇਹ ਹੈ ਕਿ 23 ਤਰੀਕ ਨੂੰ ਆਪਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਵਾਂਗੇ ਵੈਸੇ ਤੇ ਸੰਗੀਤ ਸਮੇਲਨ ਵੀ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਹੀ ਹੁੰਦਾ ਪਰ 23 ਤਰੀਕ ਨੂੰ ਉਸ ਸੰਬੰਧ ਵਿੱਚ ਦੁਵਾਨ ਲੱਗਣਗੇ ਉਸ ਸੰਬੰਧ ਵਿੱਚ ਲੈਕਚਰ ਹੋਣਗੇ ਸੋ 23 ਤਰੀਕ ਨੂੰ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਵਾਂਗੇ ਅਤੇ 27 ਤਰੀਕ ਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਇੱਥੇ ਮਨਾਇਆ ਜਾਏਗਾ ਉਹ ਮੇਲਾ ਹੋਏਗਾ ਤੇ ਸਾਰੀ ਸਾਧ ਸੰਗਤ ਵੱਧ ਤੋਂ ਵੱਧ ਇਹਨਾਂ ਦੁਆ ਮੇਲੇ ਅਜ ਦਰਸ਼ਨ ਦੇਵੇ ਸਤ ਸ੍ਰੀ ਅਕਾਲ